एक दंगल फिल्म वाला साडा काम सी जी। मेरी इस तो छोटी बेटी भी 3 बार नैशनल चैंपियन है, ये 23 गोल्ड मैडल नैशनल दे है जी। ये कोले अज तक असी कंटिन्यूटी दे विच मैडल नैशनल दा गोल्ड इहदे कोल ही आ। सो 2 कंट्रियां ने उत्थे पार्टिसिपेशन कीता सी ते उहदे विच इंडिया नूं मैडल लिआउण वाली एक ही बच्ची है। ते अज मेरी बेटी ने भी एवें कह दी अज आप जी दे कोले खड़े हैं, इहदे इत्थे किहनूं मौका मिलदा जी खड़न दा, जे बच्ची अगे आई आ इहदी मेहनत रंग लिआई आ ते अज आपां तुहाडे कोले इत्थे प्रेजेंट आ। शाबाश नहीं धीए अपने प्यो की मुछ खड़ी करन लई ते पग दा माण रखन लई अजिहा ही कर दिखाया है मोगे दी खुशप्रीत कौर ने, जिसने मापिया दा ही नहीं बल्कि अपने जिला दा नाम किस तरीके दे नाल वर्ल्ड चैंपियनशिप दे विच रोशन किया। आओ मारदियां एक बार निगाह। सोया जी, खुशप्रीत कौर जिसने जलवे दिखाए ने अपने वर्ल्ड चैंपियनशिप किक बॉक्सिंग दे विच गोल्ड मैडल जीत के, ते वड्डी गल तां इह है कि प्यो नूं माण किवें ना महसूस होवे। 3 धीआं दा इह प्यो है जिसकी वड्डी धी वकील है ते छोटियां चैंपियन ने। इत्थे आओ जानन दी कोशिश करदे हां कि इह तीनों जिहड़ियां धीआं ने, स्पैशली जिहड़ियां प्लेयर्स ने, ਉਹ ਆਖਰ ਕਿਸ ਮੂਵੀ ਤੋਂ ਪ੍ਰਭਾਵਿਤ ਹੋ ਕੇ ਇੱਥੇ ਤੱਕ ਪਹੁੰਚੀਆਂ ਨੇ। ਤਾਂ ਆਓ ਸਾਂਝੇ ਕਰਦੇ ਹਾਂ ਉਹਨਾਂ ਦੇ ਪਿਤਾ ਜੀ ਦੇ ਨਾਲ ਖੁਸ਼ੀਆਂ ਦੇ ਪਲ। ਸਭ ਤੋਂ ਪਹਿਲਾਂ ਜੀ ਮੈਂ ਆਪਣੇ ਸਰਦਾਰ ਕੁਲਵੰਤ ਸਿੰਘ ਜੀ ਡੀਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਸ ਚੀਜ਼ ਦਾ, ਔਰ ਮੀਡੀਆ ਜਿੰਨੇ ਵੀ ਆਇਆ ਉਹਨਾਂ ਦਾ ਵੀ। ਮੇਨ ਚੀਜ਼ ਇਹ ਹੈ ਕਿ ਜੀ ਮੈਂ ਤਾਂ ਜਦੋਂ ਇਹ 7 ਸਾਲ ਦੀ ਸੀ ਉਦੋਂ ਮੈਂ ਸ਼ੁਰੂ ਕੀਤਾ ਸੀ ਜੀ। ਇਹ ਇੱਕ ਦੰਗਲ ਫਿਲਮ ਵਾਲਾ ਸਾਡਾ ਕੰਮ ਸੀ ਜੀ। ਮੇਰੀਆਂ ਇਹ ਤੋਂ ਛੋਟੀ ਬੇਟੀ ਵੀ 3 ਵਾਰ ਨੈਸ਼ਨਲ ਚੈਂਪੀਅਨ ਆ ਅਤੇ ਇਹ 3ੋਂ ਗੁੱਡੀਆਂ ਹੈ ਜੀ ਆਪਣੀ ਵੱਡੀ ਵਕੀਲ ਆ। ਇਹਨੂੰ 7 ਸਾਲ ਤੋਂ ਸ਼ੁਰੂ ਕਰਕੇ ਦੇਖ ਲਓ ਤੁਸੀਂ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਹੋਣਗੇ, 19 ਸਾਲ ਦੀ ਹੋ ਗਈ ਹੈ। ਇਹਦੇ ਵਿੱਚ 23 ਗੋਲਡ ਮੈਡਲ ਨੈਸ਼ਨਲ ਦੇ ਹੈ ਜੀ ਇਹਦੇ ਕੋਲ। ਅੱਜ ਤੱਕ ਅਸੀਂ ਕੰਟੀਨਿਊਟੀ ਦੇ ਵਿੱਚ ਮੈਡਲ ਨੈਸ਼ਨਲ ਦਾ ਗੋਲਡ ਇਹਦੇ ਕੋਲ ਹੀ ਆ। ਅਤੇ ਉਹਦੇ ਬਾਅਦ ਜਿਹੜਾ ਹੁਣ ਇਹ ਖੇਡ ਕੇ ਆਈ ਆ, ਪਿਛਲੇ ਸਾਲ ਇਹਦੇ 60 ਵੱਜ ਗਈ ਸੀ ਕੁਆਟਰ ਫਾਈਨਲ ਦੇ ਵਿੱਚ ਇਟਲੀ ਨਾਲ ਹੀ, ਇਟਲੀ ਦੇ ਵਿੱਚ ਤਾਂ ਰਹਿ ਗਈ। ਐਰਕੀ ਨੇ ਆਪਦੀ ਹੋਰ ਮਿਹਨਤ ਕੀਤੀ ਔਰ ਆਪਣਾ ਜਿਹੜਾ ਮੈਡਲ ਆਪ ਜੀ ਨੂੰ ਪੂਰੀ 45 ਬੱਚੇ ਗਏ ਸੀ ਇੰਡੀਆ ਦੇ ਵਿੱਚੋਂ, ਜਿਹਦੇ ਵਿੱਚੋਂ 102 ਕੰਟਰੀਆਂ ਨੇ ਉੱਥੇ ਪਾਰਟੀਸਪੇਸ਼ਨ ਕੀਤਾ ਸੀ ਅਤੇ ਉਹਦੇ ਵਿੱਚ ਇੰਡੀਆ ਨੂੰ ਮੈਡਲ ਲਿਆਉਣ ਵਾਲੀ ਇੱਕ ਹੀ ਬੱਚੀ ਹੈ ਇਹ। ਪਿੰਡ 'ਚ ਵੀ ਸਰ ਬੋਕਸਿੰਗ ਬਣਿਆ ਹੋਇਆ, ਉੱਥੇ ਵੀ ਕੀਤੀ ਹੈ ਸਰ ਇਹਨਾਂ ਨੇ ਕਿ ਬਾਹਰ? ਨਹੀਂ, ਮੈਂ ਸ਼ੁਰੂ ਤੋਂ ਮੈਂ ਹੀ ਸੀ ਜੀ ਇਹਦਾ, ਪਹਿਲਾਂ ਕੋਚ ਵੀ ਪਿਓ ਵੀ ਸਾਰਾ ਕੁਛ ਮੈਂ ਹੀ ਸ਼ੁਰੂਆਤ ਕੀਤੀ ਸੀ। ਇਸ ਸਾਲ ਆਪਣੇ ਉੱਥੇ ਹੈਗੇ ਇੱਕ ਜਿੰਮ ਆਪਣਾ, ਉਹਦੇ ਵਿੱਚ ਮਸਲ ਵਿਲ ਦੇ ਵਿੱਚ ਮਨਦੀਪ ਸਿੰਘ ਜੀ ਉਹਨਾਂ ਕੋਲ ਇਹਦੀ ਜਿੰਮ ਦੀ ਜਿੰਨੀ ਵੀ ਸੀ ਸਰੀਰਕ ਫਿਟਨੈਸ ਦੀ ਉਹਨਾਂ ਨੇ ਕੋਚ ਸਾਹਿਬ ਨੇ ਇਹਨਾਂ ਨੇ ਕੀਤੀ ਸੀ। ਸਭ ਤੋਂ ਵੱਡੀ ਗੱਲ ਹੈ ਇਹੀ ਬੱਚੀਆਂ ਨੇ ਅੱਜ ਦੁਨੀਆ ਦੇ ਵਿੱਚ ਚਮਤਕਾਰ ਕਰਕੇ ਦਿਖਾਏ। ਇੰਡੀਆ ਦੇ ਵਿੱਚ ਤਾਂ ਮੈਡਲ ਹੀ ਕੁੜੀਆਂ ਲੈ ਕੇ ਆਈਆਂ ਸੀ, ਪੀਟੀ ਊਸ਼ਾ ਤਾਂ ਲੈ ਕੇ ਆਪ ਤੁਸੀਂ ਜਿਹਦਾ ਮਰਜ਼ੀ ਨਾਂ ਲੈ ਲਓ। ਅਤੇ ਅੱਜ ਮੇਰੀ ਬੇਟੀ ਨੇ ਵੀ ਐਵੇਂ ਕਹਿ ਦੀ ਅੱਜ ਆਪ ਜੀ ਦੇ ਕੋਲ ਖੜੇ ਹਾਂ, ਇਹਦਾ ਇੱਥੇ ਕਿਹਨੂੰ ਮੌਕਾ ਮਿਲਦਾ ਜੀ ਖੜਨ ਦਾ, ਜੇ ਬੱਚੀ ਅੱਗੇ ਆਈ ਆ ਇਹਦੀ ਮਿਹਨਤ ਰੰਗ ਲਿਆਈ ਆ ਅਤੇ ਅੱਜ ਆਪਾਂ ਤੁਹਾਡੇ ਕੋਲ ਇੱਥੇ ਪ੍ਰੈਜੈਂਟ ਹਾਂ ਜੀ। ਜਿਵੇਂ ਗੁੜੀਆਂ ਨੇ ਦੱਸਿਆ ਕਿ ਡੀ ਸਾਹਿਬ ਵੱਲੋਂ ਵੀ ਬਹੁਤ ਸਪੋਰਟ ਕੀਤੀ ਗਈ ਹੈ, ਮੈਂਟਲੀ ਮੋਰਲੀ ਬਹੁਤ ਸਪੋਰਟ ਕੀਤੀ ਗਈ ਹੈ, ਕੀ ਕਹਿਣਾ ਚਾਹੋਗੇ? ਨਹੀਂ ਸਰ, ਇਹ ਤਾਂ ਮੈਂ ਆਪ ਜੀ ਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਜੇ ਸਰਦਾਰ ਕੁਲਵੰਤ ਸਿੰਘ ਜੀ ਨਾ ਹੁੰਦੇ ਤਾਂ ਸ਼ਾਇਦ ਅਸੀਂ ਇੰਨੀ ਮੂਹਰੇ ਫਿਰ ਵੀ ਨਹੀਂ ਜਾਂਦੇ ਸੀ। ਜਦੋਂ ਵੀ ਮੈਂ ਚਾਹੇ ਦੁਪਹਿਰ ਨੂੰ ਮੈਸੇਜ ਕਰਦਾ ਜਾਂ ਰਾਤ ਨੂੰ ਕਰਦਾ ਸਰ ਜੀ ਕੰਨੀਓ, ਸਾਨੂੰ ਉਦੋਂ ਹੀ ਮੋਟੀਵੇਸ਼ਨ ਦਾ ਮੈਸੇਜ ਬਰਾਬਰ ਹੀ ਆ ਜਾਂਦਾ ਜੀ, ਅਤੇ ਸਾਨੂੰ ਸੱਦ ਕੇ ਫਾਈਨੈਂਸ਼ੀਅਲ ਵੀ ਬਹੁਤ ਜ਼ਿਆਦਾ ਮਦਦ ਕਰਦੇ ਆ, ਜਿੰਨੀ ਕੁ ਹੋ ਸਕਦੀ ਆ ਉਹ ਤੋਂ ਵੱਧ ਕਰਦੇ। ਅਤੇ ਸਭ ਤੋਂ ਅਹਿਮ ਤਾਂ ਇਹ ਰਹਿ ਜਾਂਦਾ ਹੈ ਕਿ ਪਲੇਅਰ ਖੁਸ਼ਪ੍ਰੀਤ ਕੌਰ ਤੋਂ ਜਾਣਨਾ ਤਾਂ ਬਣਦਾ ਹੈ ਕਿ ਉਹਨਾਂ ਦੀ ਸਕਸੈਸ ਦੇ ਪਿੱਛੇ ਸਪੈਸ਼ਲ ਸ਼ਖਸ ਕੌਣ ਹੈ ਅਤੇ ਨਾਮ ਸਾਹਮਣੇ ਕਿਸ ਦਾ ਰਿਹਾ। ਪਹਿਲਾਂ ਤਾਂ ਸਭ ਕੁਝ ਜੋ ਵੀ ਹੋਇਆ ਪਾਪਾ ਜੀ ਦੀ ਵਜ੍ਹਾ ਨਾਲ ਅਤੇ ਪਾਪਾ ਦੀ ਸਪੋਰਟ ਅਤੇ ਇੱਕ ਕੋਚ ਸਾਹਿਬ ਮਨਦੀਪ ਸਰ, ਇਹਨਾਂ ਦੀ ਸਪੋਰਟ ਨਹੀਂ, ਫੈਮਿਲੀ ਦੀ ਸਪੋਰਟ ਨਹੀਂ, ਇੰਨੀ ਮਿਹਨਤ ਕਰਕੇ ਅੱਗੇ ਵਧਿਆ। ਬਾਕੀ ਅਖਵਾਈਆਂ ਤਾਂ ਸਰ ਸਭ ਨੂੰ ਆਉਂਦੀਆਂ ਵੀ ਇੰਨੇ ਸਾਲ ਹੋ ਗਏ ਖੇਡਦੇ ਨੂੰ, ਹੌਲੀ ਹੌਲੀ ਮਿਹਨਤ ਪੱਲੇ ਪੈਂਦੀ ਹੈ ਅਤੇ ਉਹ ਇਸ ਵਾਰ ਪਈ ਹੈ। ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਮਦਦ ਜਿਹੜੀ ਕੀਤੀ ਗਈ ਸੀ? ਸਰ ਡੀ ਸੀ ਸਰ ਵੱਲੋਂ ਬਹੁਤ ਹੀ ਸਪੋਰਟ ਕੀਤੀ ਗਈ ਹੈ ਸਰ, ਜਿੰਨੇ ਵਾਰ ਵੀ ਮੈਂ ਖੇਡਣ ਗਿਆ ਜਦੋਂ ਸਰ ਕੋਲ ਪਹੁੰਚੇ ਸਰ ਵੱਲੋਂ ਬਹੁਤ ਹੀ ਪਿਆਰ ਦਿੱਤਾ ਗਿਆ ਅਤੇ ਸਰ ਕਾਫੀ ਹੱਦ ਤੱਕ ਸਰ ਨੇ ਵੀ ਬਾਕੀ ਪ੍ਰਸ਼ਾਸਨਾਂ ਨਾਲੋਂ ਸਰ ਨੇ ਬਹੁਤ ਸਪੋਰਟ ਕੀਤੀ ਉਰੇ ਤੱਕ ਪਹੁੰਚਣ ਲਈ। ਕਿਹੋ ਜਿਹੇ ਮੁਕਾਬਲੇ ਰਹੇ ਫਿਰ ਉੱਥੇ ਸਰ? ਇੱਕ ਤਾਂ ਵੈਸੇ ਏਜ ਛੋਟੀ ਸੀ ਵੀ ਜਿਨ੍ਹਾਂ ਨਾਲ ਮੈਚ ਹੋਈ ਸੀ ਕਾਫੀ ਏਜ ਦੇ ਸੀ, ਮਤਲਬ ਸਾਰੇ ਕੰਪੀਟੀਟਰ ਆਪਦੇ ਕੰਟਰੀ ਨੂੰ ਰੀਪ੍ਰਜੈਂਟ ਕਰਨ ਆਏ ਸੀ, ਸਾਰੇ ਆਪਦੇ ਆਪਦੇ ਰੈਂਕਿੰਗ 'ਤੇ ਸੀ ਵੀ ਬਹੁਤ ਹੀ ਕੰਪੀਟੀਸ਼ਨ ਕੰਪੀਟੀਟਰ ਹੀ ਸੀ। ਅਗਲੀ ਕੀ ਫਿਊਚਰ ਦੇ ਵਿੱਚ ਕੀ ਸੋਚਿਆ ਇਸ ਤੋਂ? ਸਰ ਹੋਰ ਵੀ ਅੱਗੇ ਵੀ ਇਹੀ ਮੈਡਲ ਦਾ ਰੰਗ ਅਗਲੇ ਸਾਲ ਜਦੋਂ ਵਰਲਡ ਚੈਂਪੀਅਨਸ਼ਿਪ ਹੋਊ ਇਹੀ ਮੈਡਲ ਦਾ ਰੰਗ ਚੇਂਜ ਕਰਕੇ ਅਤੇ ਆਪਦੇ ਘਰਦਿਆਂ ਦਾ ਮਾਣ ਹੋਰ ਵਧਾਊਂਗਾ ਜੀ।
ਤਾਂ ਜਦੋਂ ਵੀ ਕੋਈ ਤੁਹਾਡਾ ਸਟੂਡੈਂਟ ਵੱਡੀਆਂ ਮੱਲਾਂ ਮਾਰਦਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਤੁਹਾਡੇ ਗੁਰੂ ਨੂੰ ਹੁੰਦੀ ਹੈ, ਜਿਸ ਤੋਂ ਤੁਸੀਂ ਹਮੇਸ਼ਾ ਪ੍ਰਭਾਵਿਤ ਹੁੰਦੇ ਹੋ, ਜਿਸ ਤੋਂ ਤੁਸੀਂ ਹਮੇਸ਼ਾ ਸਿੱਖਦੇ ਹੋ। ਤਾਂ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ DC ਕੁਲਵੰਤ ਸਿੰਘ ਤੋਂ ਕਿ ਉਹਨਾਂ ਦਾ ਇਸ ਬੱਚੀ ਦੇ ਬਾਰੇ ਕੀ ਹੈ ਕਹਿਣਾ। ਖੁਸ਼ਪ੍ਰੀਤ ਹੀ ਜਿਹੜੀ ਆਪਣੇ ਮੋਗੇ ਜ਼ਿਲ੍ਹੇ ਦਾ ਮਾਣ ਬਣੀ ਹੈ ਔਰ ਦੇਸ਼ ਦਾ ਵੀ ਮਾਣ ਬਣੀ ਹੈ, ਕਿਉਂਕਿ 45 ਦੇ ਵਿੱਚੋਂ ਇਕੱਲੀ ਇਹੀ ਮੈਡਲ ਜਿੱਤ ਕੇ ਲੈ ਕੇ ਆਈ ਹੈ, ਤਾਂ ਅੱਜ ਇਹਨੂੰ ਮੁਬਾਰਕਬਾਦ ਦੇਣ ਲਈ ਪਹੁੰਚੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਉੱਥੇ 100 ਤੋਂ ਉੱਪਰ ਕੰਟਰੀਜ਼, ਐਗਜੈਕਟਲੀ 102 ਕੰਟਰੀਜ਼ ਨੇ ਉਸ ਚੈਂਪੀਅਨਸ਼ਿਪ ਦੇ ਵਿੱਚ ਭਾਗ ਲਿਆ ਸੀਗਾ, ਜਿਹਦੇ 'ਚ ਆਪਣੇ ਮੈਂ ਦੱਸਿਆ 45 ਪਲੇਅਰ ਸੀਗੇ, ਉਹਨਾਂ ਦੇ ਵਿੱਚੋਂ ਇਕੱਲੀ ਖੁਸ਼ਪ੍ਰੀਤ ਦਾ ਮੈਡਲ ਆਇਆ, ਤਾਂ ਖੁਸ਼ਪ੍ਰੀਤ ਨੂੰ ਵੀ ਮੁਬਾਰਕਬਾਦ ਹੈ ਅਤੇ ਮੋਗੇ ਦੇ ਵਾਸੀਆਂ ਨੂੰ ਵੀ। ਇਹਦਾ ਪਿੰਡ ਹੈ ਇੱਥੇ ਛੋਟਾ ਜਿਹਾ ਰਣਸੀਂਹ ਖੁਰਦ, ਇੱਕ ਪਿੰਡ ਦੇ ਵਿੱਚੋਂ ਇਹ ਬੱਚੀ ਉੱਠ ਕੇ ਇਹਦੇ ਘਰਦਿਆਂ ਨੇ ਮਿਹਨਤ ਨਾਲ ਇੱਥੇ ਤੱਕ ਪਹੁੰਚਾਈ ਹੈ ਕਿ ਇਹ ਲਾਸਟ ਈਅਰ ਵੀ ਪਾਰਟੀਸਪੇਟ ਕੀਤਾ ਸੀ ਇਹਨੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ, ਇਸ ਵਾਰੀ ਵੀ ਲਾਸਟ ਈਅਰ ਇਹ ਨਹੀਂ ਸੀ ਕਾਮਯਾਬੀ ਹਾਸਲ ਹੋਈ, ਬਟ ਇਸ ਵਾਰੀ ਇਹਨੇ ਮੈਡਲ ਜਿੱਤਿਆ। 1-2 ਸਾਲ ਤੋਂ ਤਾਂ ਮੈਂ ਹੀ ਦੇਖ ਰਿਹਾ ਕਿ ਜਦੋਂ ਦੇ ਮੇਰੇ ਕੋਲ ਲੈ ਕੇ ਆਉਂਦੇ ਆ ਖੁਸ਼ਪ੍ਰੀਤ ਨੂੰ, ਅਤੇ ਜਿਵੇਂ ਪਿੰਡ ਦੇ ਵਿੱਚ ਆਮ ਤੌਰ 'ਤੇ ਆਰਥਿਕਤਾ ਉਨਾ ਸਾਡੀ ਹੈਲਪ ਨਹੀਂ ਕਰਦੀ ਹੈਗੀ, ਤਾਂ ਇਹਨਾਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਸੀਗੀਆਂ। ਫਿਰ ਅਸੀਂ ਡਿਸਟ੍ਰਿਕਟ ਓਲੰਪਿਕ ਐਸੋਸੀਏਸ਼ਨ ਦੇ ਵਿੱਚੋਂ ਵੀ ਇਹਦੀ ਮਦਦ ਕੀਤੀ, ਅਤੇ ਹੁਣ ਵੀ ਅਸੀਂ ਇਹ ਇਨਾਮ ਰਾਸ਼ੀ ਵੀ ਉੱਥੋਂ ਦਿੱਤੀ ਹੈ। ਤਾਂ ਇਹ ਤਾਂ ਦਿੱਕਤਾਂ ਤਾਂ ਰਹਿੰਦੀਆਂ ਹੀ ਨਹੀਂ, ਮਾਪਿਆਂ ਨੂੰ ਕਾਫੀ ਸਾਰੀ ਮਿਹਨਤ ਕਰਨੀ ਪੈਂਦੀ ਹੈ ਬੱਚਿਆਂ ਨੂੰ ਕਿਸੇ ਮੁਕਾਮ 'ਤੇ ਲੈ ਕੇ ਜਾਣ ਲਈ। ਮੋਗਾ ਤੋਂ ਸਰਬਜੀਤ ਰੌਲੀ ਦੇ ਨਾਲ ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ।